ਚਨਾਲ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗगन 베ਦੀ ਤੇ ਇਸ ਵੇਲੇ ਦੀ ਜੋ ਵੱਡੀ ਖਬਰ ਤੁਸੀਂ ਸਾਰੇ ਜਾਣਦੇ ਹੋ ਜਿਸ ਤਰ੍ਹਾਂ ਕਿ ACP ਅਨਿਲ ਕੋਲੀ ਹੋਰਾਂ ਦੀ ਮੌਤ ਹੋ ਗਈ ਸੀ ਕਰੋਨਾ ਵਾਇਰਸ ਦੇ ਨਾਲ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਦੇ ਦਈਏ ਕਿ ਜੋ ਲਗਾਤਾਰ ਅਪਡੇਟਸ ਆ ਰਹੀਆਂ ਨੇ ਪੰਜਾਬ ਦੇ ਵਿੱਚ ਕੀ ਮਾਹੌਲ ਹੈ ਕਰੋਨਾ ਵਾਇਰਸ ਨੂੰ ਲੈ ਕੇ ਕੁਝ ਸਿਹਤ ਯਾਪ ਵੀ ਹੋਏ ਨੇ ਮਰੀਜ਼ ਇਸ ਦੇ ਨਾਲ ਹੀ ਜਿਹੜੀ ਗਿਣਤੀ ਹੈ ਉਹ ਕੁਝ ਹੱਦ ਤੱਕ ਵਧੀ ਵੀ ਹੈ ਔਰ ਦੱਸਦੀ ਹੈ ਕਿ ਪੰਜਾਬ ਦੇ ਵਿੱਚ 234 ਵਿਅਕਤੀਆਂ ਦੀ ਰਿਪੋਰਟ ਹੈ ਜਿਹੜੀ ਉਹ ਪੋਜ਼ਿਟਿਵ ਹੈ ਇਸ ਤੋਂ ਇਲਾਵਾ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਅੱਜ ਏਸੀਪੀ ਅਨਿਲ ਕੋਹਲੀ ਦੀ ਮੌਤ ਦੇ ਨਾਲ ਇਹ ਗਿਣਤੀ ਵਧ ਕੇ 16 ਹੋ ਗਈ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਅਨਿਲ ਕੋਹਲੀ ਹੋਰਾਂ ਦੇ ਜਿਹੜੇ ਸੰਪਰਕਤ ਵਿੱਚ ਆਏ ਸੀ ਉਹਨਾਂ ਦੀ ਪਤਨੀ ਐਸਐਚਓ ਅਤੇ ਇੱਕ ਜੋ ਡਰਾਈਵਰ ਸੀ ਉਹ ਵੀ ਕਰੋਨਾ ਪੋਜ਼ਿਟਿਵ ਹੈ ਔਰ ਵੱਡੀ ਗੱਲ ਇਹ ਹੈ ਕਿ ਫਿਰੋਜ਼ਪੁਰ ਪ੍ਰਸ਼ਾਸਨ ਦੇ ਲਈ ਵੀ ਇੱਕ ਹੁਣ ਚੁਣੌਤੀ ਹੋਵੇਗੀ ਸਿਹਤ ਵਿਭਾਗ ਦੇ ਲਈ ਕਿਉਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਉਹ ਕਰੋਨਾ ਪੋਜ਼ਿਟਿਵ ਹੈ ਜੋ ਉਹਨਾਂ ਦਾ ਡਰਾਈਵਰ ਸੀਗਾ ਸਹਾਇਕ ਸੀਗਾ ਔਰ ਉਹ 45 ਬੰਦਿਆਂ ਦੇ ਸਿੱਧੇ ਤੌਰ ਤੇ ਸੰਪਰਕ ਤੇ ਵਿੱਚ ਸੀ ਸੋ ਉਹਨਾਂ ਨੂੰ ਵੀ ਇਹ ਸੂਚੀ ਬਣਾਈ ਜਾ ਰਹੀ ਹੈ ਔਰ ਕਿੰਨੇ ਬੰਦਿਆਂ ਦੇ ਨਾਲ ਹੋਰ ਵੀ ਮਿਲਿਆ ਇਹ ਚੀਜ਼ਾਂ ਪਤਾ ਲਗਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਿਹਤਯਾਬ ਹੋਏ ਨੇ ਮਰੀਜ਼ਾਂ ਦੀ ਜਿਹੜੀ ਗਿਣਤੀ ਹੈਗੀ ਹੈ ਔਰ ਹੁਣ ਤੱਕ ਬਾਕੀ 594 ਜਿਹੜੇ ਵਿਅਕਤੀ ਨੇ ਉਹਨਾਂ ਦੀ ਰਿਪੋਰਟ ਆਉਣੀ ਬਾਕੀ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ 21 ਲੋਕ 21 ਤੋਂ ਵੱਧ ਲੋਕ ਦੱਸੀ ਜਾ ਰਹੀ ਹੈ ਗਿਣਤੀ 31 ਦੇ ਕਰੀਬ ਲੋਕ ਦੱਸੇ ਜਾ ਰਹੇ ਨੇ ਕਿ ਜਿਹੜੇ ਸਿਹਤਯਾਬ ਹੋਏ ਨੇ ਇਸ ਤੋਂ ਇਲਾਵਾ ਅੱਜ ਫਰੀਦਕੋਟ ਅਤੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਇੱਕ ਮਰੀਜ਼ ਸਿਹਤਯਾਬ ਹੋਇਆ ਹੈ ਇਹ ਬਹੁਤ ਸੁਖਾਵੀਆਂ ਖਬਰਾਂ ਨੇ ਇਹ ਹਾਂ ਪੱਕੀ ਹੰਗਾਰਾ ਦਿੰਦੀਆਂ ਨੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਦੱਸਦੀ ਹੈ ਕਿ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਵੱਲੋਂ ਅੱਜ ਖੁਦ ਉਹਨਾਂ ਦੇ ਵੱਲੋਂ ਪੀਪੀਈ ਕਿੱਟ ਪਾ ਕੇ ਖਾਸ ਤੌਰ ਤੇ ਉਹ कोरोना वायरस ਦੇ ਜਿਹੜੇ ਪੀੜਿਤ ਮਰੀਜ਼ ਨੇ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੂੰ ਮੋਟੀਵੇਟੇਟ ਕੀਤਾ ਅਤੇ ਇਹ ਗੱਲ ਕਹੀ ਹੈ ਕਿ ਤੁਸੀਂ ਹਾਂ ਪੱਕੀ ਸੋਚ ਦੇ ਨਾਲ ਪੋਜ਼ਿਟਿਵ ਥਿੰਕਿੰਗ ਦੇ ਨਾਲ ਕੋਰੋਨਾ ਵਾਇਰਸ ਨੂੰ ਮਾਤ ਦੇ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਅਸੀਂ ਕੇਸਾਂ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਦਿਨ ਦੇ ਵਿੱਚ 15 ਪੋਜ਼ਿਟਿਵ ਕੇਸ ਆਏ ਨੇ ਇਹ ਪੱਟਾ ਇੱਕ ਬਹੁਤ ਵੱਡਾ ਸਿਹਤ ਵਿਭਾਗ ਦੇ ਲਈ ਚੁਣੌਤੀ ਹੈ ਹੱਥਾਂ ਪੈਰਾਂ ਦੀ ਪ੍ਰਸ਼ਾਸਨ ਦੇ ਲਈ ਇਹ ਪੈਣ ਵਾਲੀ ਗੱਲ ਹੈ ਦੱਸਦੀ ਹੈ ਕਿ ਪਟਿਆਲਾ ਦੇ ਵਿੱਚ ਜਿਹੜਾ ਇੱਕ ਬੁੱਕ ਸੈਲਰ ਸੀਗਾ ਕਿਤਾਬ ਬਕਰੇਤਾ ਜੋ ਪੋਜ਼ਿਟਿਵ ਆ ਗਿਆ ਸੀ 9 ਲੋਕ ਇਹਨਾਂ ਦੇ ਵਿੱਚੋਂ ਜਿਹੜੇ 15 ਲੋਕ ਪੋਜ਼ਿਟਿਵ ਆਏ ਨੇ ਉਹਨਾਂ ਦੇ ਵਿੱਚੋਂ 9 ਲੋਕ ਉਸ ਇੱਕ ਬੁੱਕ ਸੈਲਰ ਦੇ ਕਰਕੇ ਆਏ ਨੇ ਅਤੇ ਜਿਹੜੇ ਬਾਕੀ ਦੇ 6 ਨੇ ਉਹ ਰਾਜਪੁਰਾ ਦੀ ਇੱਕ ਔਰਤ ਦੇ ਜਿਹੜੇ ਸੀਗੀ ਪੋਜ਼ਿਟਿਵ ਆਈ ਸੀ ਉਸ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਆਏ ਨੇ ਸੋ ਇਸ ਤਰ੍ਹਾਂ ਇਹ ਗਿਣਤੀ ਵਧਦੀ ਜਾ ਰਹੀ ਹੈ ਔਰ ਜਲੰਧਰ ਦੀ ਗੱਲ ਕਰੀ ਤਾਂ ਇੱਥੇ ਬਸਤੀ ਦਾਨਸ਼ਮੰਤਾ ਦੇ ਵਿੱਚ 3 ਜਿਹੜੇ ਲੋਕ ਅੱਜ ਪੋਜ਼ਿਟਿਵ ਵਾਇਰਸ ਤੋਂ ਪਹਿਲਾਂ ਬੀਤੇ ਦਿਨ ਜੋ ਦੋ ਲੜਕੀਆਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ ਸੋ ਇਸ ਤਰ੍ਹਾਂ ਇਹ ਗਿਣਤੀ ਲਗਾਤਾਰ ਵਧਦੀ ਜਾਂ ਵਧਦੀ ਜਾ ਰਹੀ ਹੈ ਤਾਂ ਹੀ ਲੋਕਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਕਿ ਤੁਸੀਂ ਘਰਾਂ ਦੇ ਵਿੱਚ ਰਹੋ ਇਸ ਤੋਂ ਇਲਾਵਾ ਜੇ ਲੁਧਿਆਣਾ ਦੀ ਗੱਲ ਕਰੀ ਤਾਂ ਇੱਥੇ ਜਿਹੜੀ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਾਦ ਕੇ 15 ਹੋ ਚੁੱਕੀ ਹੈ ਔਰ ਖਾਸ ਗੱਲ ਇਹ ਹੈ ਕਿ ਜਿਹੜਾ ਆਮ ਤੌਰ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਸਿਹਤ ਯਾਬ ਜਿਹੜੇ ਮਰੀਜ਼ ਹੋ ਰਹੇ ਨੇ ਉਹਨਾਂ ਦਾ ਪ੍ਰਤੀਸ਼ਤ ਵਧਦਾ ਹੈ ਪਰ ਅਜੇ ਵੀ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਜਿਸ ਤਰ੍ਹਾਂ ਕਿ 3 ਤਰੀਕ ਤੱਕ ਲਾਕਡਾਊਨ ਹੈ ਸੋ ਘਰਾਂ ਦੇ ਅੰਦਰ ਰਹੋ ਔਰ ਇਸ ਦੇ ਨਾਲ ਇੱਕ ਹੋਰ ਅਪਡੇਟ ਦੇ ਦਈਏ ਹਰਿਆਣਾ ਤੋਂ ਇਹ ਅਪਡੇਟ ਹੈ ਇੱਕ ਦੁੱਧੀ कोरोना पॉजिटिव ਪਾਇਆ ਗਿਆ ਔਰ ਵੱਟੀ ਕਲ ਇਹ ਦੱਸੀ ਜਾ ਰਹੀ ਹੈ ਕਿ ਉਹ 200 ਦੇ ਕਰੀਬ ਲੋਕਾਂ ਦੇ ਸੰਪਰਕ ਦੇ ਵਿੱਚ ਸੀਗਾ ਕਿਉਂਕਿ ਆਮ ਤੌਰ ਤੇ ਅਸੀਂ ਵੀ ਦੁੱਧ ਲੈਣੇ ਆ ਜਦੋਂ ਤਾਂ ਜਿਹੜੇ ਦੁੱਧੀ ਹੁੰਦੇ ਨੇ ਕਈ ਘਰਾਂ ਦੇ ਵਿੱਚ ਇਹਨਾਂ ਦਾ ਆਉਣ ਜਾਣ ਹੁੰਦਾ ਦੁੱਧ ਪਾਇਆ ਜਾਂਦਾ ਸੋ ਪਲਵਲ ਦੇ 50 ਘਰਾਂ ਦੇ ਵਿੱਚ ਉਹ ਦੁੱਧ ਪਾਉਂਦਾ ਸੀ ਸੋ ਇਹ ਵੀ ਇੱਕ ਵੱਡੀ ਖਬਰ ਹੈਗੀ ਇਸ ਤੋਂ ਪਹਿਲਾਂ ਜਿਹੜਾ ਇੱਕ ਸ਼ਖਸ ਦੇ ਵੱਲੋਂ ਲੰਗਰ ਵੰਡਿਆ ਜਾ ਰਿਹਾ ਸੀਗਾ ਬੱਸੀ ਪਠਾਣਾ ਏਰੀਆ ਦੇ ਵਿੱਚ ਔਰ ਉਥੇ ਵੀ ਕਈ ਲੋਕ ਉਸ ਤੋਂ ਜਿਹੜੇ ਕਰੋਨਾ ਪੋਜ਼ਿਟਿਵ ਹੋਏ ਸੀ ਸੋ ਲਗਾਤਾਰ ਆ ਰਹੀਆਂ ਨੇ ਖਬਰਾਂ ਔਰ ਜੇਕਰ ਦੁਨੀਆ ਭਰ ਦੇ ਵਿੱਚ ਕਰੋਨਾ ਮਹਾਮਾਰੀ ਦੇ ਕਹਿਰ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 22 ਲੱਖ ਤੋਂ ਵੱਧ ਲੋਕ ਕਰੋਨਾ ਪੋਜ਼ਿਟਿਵ ਨੇ ਪੂਰੀ ਦੁਨੀਆ ਦੇ ਵਿੱਚ ਔਰ ਸਭ ਤੋਂ ਜ਼ਿਆਦਾ ਜਿਹਨੂੰ ਅਸੀਂ ਕਹਿ ਲਈ ਕਿ ਪਰਲੋ ਆਈ ਗਿਆ ਜਾਂ ਸਭ ਤੋਂ ਵੱਡਾ 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 ਨੁਕਸਾਨ ਜਿਹੜਾ ਯੂਐਸ ਦੇ ਵਿੱਚ ਦੇਖਣ ਨੂੰ ਮਿਲਿਆ ਔਰ 30000 ਤੋਂ ਉੱਤੇ ਬੰਦੇ ਦੀ ਮੌਤ ਹੋ ਚੁੱਕੀ ਹੈ ਆਂਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਵੇਲੇ 35000 ਦੇ ਕਰੀਬ ਇਹ ਚੀਜ਼ ਦੱਸੀ ਜਾ ਰਹੀ ਹੈ ਸੋ ਬਿਲਕੁਲ ਇੱਕ ਵਾਰ ਫਿਰ ਤਾਂ ਜੇਕਰ ਲੁਧਿਆਣੇ ਦੀ ਗੱਲ ਕੀਤੀ ਜਾਵੇ ਔਰ ਇਸ ਦੇ ਨਾਲ ਹੀ ਜ਼ਿਲ੍ਹਾ ਵਾਈ ਅਸੀਂ ਗੱਲ ਕਰੀਏ ਤਾਂ ਨਵਾਂ ਸ਼ਹਿਰ ਦੇ ਵਿੱਚ 19 ਮਾਮਲੇ ਨੇ ਮੁਹਾਲੀ ਦੇ ਵਿੱਚ ਸਭ ਤੋਂ ਵੱਧ ਪੰਜਾਬ ਦੇ ਵਿੱਚ ਮਾਮਲੇ ਨੇ 57 ਮਾਮਲੇ ਪਾਏ ਗਏ ਨੇ ਔਰ ਇਸ ਦੇ ਨਾਲ ਹੀ ਪੀਜੀਆਈ ਦੇ ਦੋ ਸਿਹਤ ਕਰਮਚਾਰੀ ਵੀ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਸੋ ਇਹ ਇੱਕ ਵੱਡੀ ਖਬਰ ਹੈ ਪੀਜੀਐ ਦੇ ਵਿੱਚ ਵੱਡੇ ਪੱਧਰ ਤੇ ਕਰੋਨਾ ਪੀੜਤ ਜਿਹੜੇ ਮਰੀਜ਼ ਪਹੁੰਚ ਰਹੇ ਨੇ ਪੂਰੇ ਪੰਜਾਬ ਤੋਂ ਹੀ ਨਹੀਂ ਹਰਿਆਣੇ ਤੋਂ ਔਰ ਆਸ-ਪਾਸ ਦੇ ਖੇਤਰਾਂ ਤੋਂ ਵੀ ਆ ਰਹੇ ਨੇ ਦੋ ਜਿਹੜੇ ਸਿਹਤ ਕਰਮਚਾਰੀ ਨੇ ਕਰੋਨਾ ਪੋਜ਼ਿਟਿਵ ਪਾਇਆ ਹੈ ਕਣ ਇਸ ਤੋਂ ਇਲਾਵਾ ਇੱਕ ਅਪਡੇਟ ਹੋਰ ਦੇ ਦਿੱਤੀ ਹੈ ਕਿ ਕੇਂਦਰੀ ਸਿਹਤ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਲੋਕ ਨੀਮ ਹਕੀਮ ਖਤਰਾ ਹੈ ਜਾਨ ਵਾਲੀ ਗੱਲ ਬਿਲਕੁਲ ਨਾ ਕਰਨ ਔਰ ਜਿਹੜੀਆਂ ਵੀ ਦਵਾਈਆਂ ਨੇ ਕੋਈ ਵੀ ਇਸ ਤਰ੍ਹਾਂ ਦੀ ਦਵਾਈ ਆਪਣੇ ਆਪ ਨਾ ਲਈ ਜਾਵੇ ਮਾਹਰ ਦੀ ਸਲਾਹ ਲਈ ਜਾਵੇ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਲੱਛਣ ਲੱਗਦੇ ਨੇ ਤਾਂ ਤੁਰੰਤ ਸੰਪਰਕ ਕੀਤਾ ਜਾਵੇ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਟੈਸਟਿੰਗ ਕਿੱਟਸ ਨੇ ਉਹਨਾਂ ਦੀ ਆਮਦ ਬਹੁਤ ਵਧਾਈ ਜਾ ਰਹੀ ਹੈ ਔਰ ਜਿਹੜੀਆਂ ਰੈਪਿਡ ਟੈਸਟਿੰਗ ਕਿੱਟਸ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਇਜ਼ਾਫਾ ਕੀਤਾ ਜਾਵੇਗਾ ਔਰ ਬਹੁਤ ਜਲਦ ਜਿਹੜੀ ਸਕ੍ਰੀਨਿੰਗ ਹੈ ਜਿਸ ਤਰ੍ਹਾਂ ਪਟਿਆਲਾ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਸਕ੍ਰੀਨਿੰਗ ਕਰ ਕਰ ਜਾ ਕੇ ਮੋਹਾਲੀ ਦੇ ਵਿੱਚ ਵੀ ਇਹ ਚੀਜ਼ ਸ਼ੁਰੂ ਕੀਤੀ ਜਾ ਚੁੱਕੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਉਪਰਾਲਾ ਸ਼ੁਰੂ ਹੋਣ ਜਾ ਰਿਹਾ ਇੱਕ ਵਾਰ ਫਿਰ ਤੁਹਾਨੂੰ ਦੱਸਦੀ ਹਾਂ ਇਸ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ ਦੋ ਕੇਸ ਨੇ ਔਰ ਬਰਨਾਲਾ ਫਤਿਹਗੜ੍ਹ ਸਾਹਿਬ ਕਪੂਰਥਲਾ ਦੇ ਵਿੱਚ ਵੀ ਦੋ ਦੋ ਕੇਸ ਨੇ ਔਰ ਇਸ ਤੋਂ ਇਲਾਵਾ ਸੰਗਰੂ ਕੇਸ ਨੇ ਔਰ ਫਰੀਦਕੋਟ ਦੇ ਵਿੱਚ ਇੱਕ ਜਿਹੜਾ ਇੱਕ ਨੌਜਵਾਨ ਹੈ ਉਹ ਸਿਹਤਯਾਬ ਹੋਇਆ ਉਸ ਨੂੰ ਛੁੱਟੀ ਮਿਲ ਗਈ ਹੈ ਵਾਪਸ ਘਰ ਜਾ ਚੁੱਕਾ ਹੈ ਨਵਾਂ ਸ਼ਹਿਰ ਦੇ ਵਿੱਚ 19 ਮਾਮਲੇ ਨੇ ਔਰ ਮਾਨਸਾ ਦੇ ਵਿੱਚ 11 ਕੇਸ ਨੇ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ 7 ਮਾਮਲੇ ਨੇ ਜਲੰਧਰ ਦੇ ਵਿੱਚ 41 ਮਾਮਲੇ ਨੇ ਅੰਮ੍ਰਿਤਸਰ ਦੇ ਵਿੱਚ 11 ਕੇਸ ਸਾਹਮਣੇ ਆ ਚੁੱਕੇ ਨੇ ਬਠਿੰਡਾ ਅਜੇ ਬਠਿੰਡਾ ਦੇ ਵਿੱਚ ਪਰਮਾਤਮਾ ਦੀ ਕਿਰਪਾ ਉੱਥੇ ਬਚਾਇਆ ਕਰੋਨਾ ਵਾਇਰਸ ਤੋਂ ਔਰ ਵਾਪਸ ਗੱਲ ਕਰਦੇ ਆ ਜਿਹੜੀ ਅਸੀਂ ਗੱਲ ਕਰ ਰਹੇ ਸੀ ਜਿਹੜਾ ਦੁੱਧੀ ਪੋਜ਼ਿਟਿਵ ਪਾਇਆ ਗਿਆ ਸੋ ਇਹ ਇਸ ਤਰ੍ਹਾਂ ਦੀ ਜਿਹੜੀਆਂ ਖਬਰਾਂ ਨੇ ਇਹ ਬਹੁਤ ਸੁਚੇਤ ਕਰਦੀਆਂ ਨੇ ਕਿਉਂਕਿ ਜਿਹੜੇ ਇਹ ਲੋਕ ਨੇ ਚਾਏ ਉਹ ਦੁੱਦੀ ਹੋ ਗਿਆ ਜਾਂ ਇਸ ਤਰ੍ਹਾਂ ਦੇ ਜਿਨ੍ਹਾਂ ਦਾ ਸਿੱਧੇ ਤੌਰ ਤੇ ਲੋਕਾਂ ਦੇ ਨਾਲ ਸੰਪਰਕ ਹੁੰਦਾ ਚਾਏ ਉਹ ਅਖਬਾਰ ਸਟਣ ਵਾਲੇ ਹੁੰਦੇ ਨੇ ਇਹਨਾਂ ਦੇ ਜੇਕਰ ਇਹ ਪੋਜ਼ਿਟਿਵ ਹੁੰਦੇ ਨੇ ਤਾਂ ਵੱਡੇ ਪੱਦਰ ਤੇ ਲੋਕਾਂ ਦਾ ਇਸ ਸਬ ਦੇ ਨਾਲ ਪੋਜ਼ਿਟਿਵ ਹੋਣ ਦੇ ਚਾਂਸ ਵੱਧ ਜਾਂਦੇ ਨੇ ਸੋ ਅਜੇ ਤੱਕ 17 ਲੋਕ ਉਹਨਾਂ ਨੇ ਇਸ ਤਰ੍ਹਾਂ ਦੇ ਲੱਭੇ ਨੇ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਦੁੱਦੀ ਆਇਆ ਸੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਵੱਡੇ ਪੱਦਰ ਤੇ ਇਹ ਸ਼ਖਸ ਲੋਕਾਂ ਦੇ ਘਰਾਂ ਦੇ ਵਿੱਚ ਦੁੱਧ ਪਾਉਂਦਾ ਸੀ ਸੋ ਇਹ ਵੀ ਇੱਕ ਲੋਕਾਂ ਨੂੰ ਇਹ ਵੀ ਸੁਚੇਤ ਹੋਣ ਦੀ ਲੋੜ ਹੈ ਇਸ ਤਰ੍ਹਾਂ ਜਿੰਨੇ ਵੀ ਲੋਕਾਂ ਦੇ ਅਸੀਂ ਪਰਤੇ ਵੀ ਤੁਸੀਂ ਆ ਰਹੇ ਹੋ ਕਿਉਂਕਿ ਹੁਣ ਲੋਕ ਆਪਣੇ ਘਰਾਂ ਦੇ ਵਿੱਚ ਨੇ ਜਿਸ ਤਰ੍ਹਾਂ ਕਿ ਲੋਕਡਾਊਨ ਜਾਂ ਕਰਫਿਊ ਹੈ ਜਿਹੜੀਆਂ ਐਸੈਂਸ਼ੀਅਲ ਸੇਵਾਵਾਂ ਹੈਗੀਆਂ ਨੇ ਜਿਵੇਂ ਦੁੱਧ ਹੋ ਗਿਆ ਜਾਂ ਅਖਬਾਰਾਂ ਉਹਨਾਂ ਦੇ ਘਰ ਤੱਕ ਆਉਂਦੀਆਂ ਨੇ ਜਾਂ ਰਾਸ਼ਨ ਆਂਦਾ ਸੋ ਇਹ ਸਾਨੂੰ ਸਾਰਿਆਂ ਨੂੰ ਇਹ ਜ਼ਰੂਰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਜਿਸ ਤੋਂ ਵੀ ਅਸੀਂ ਇਹ ਸਾਮਾਨ ਲੈਨੇ ਆ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਲੱਛਣ ਤਾਂ ਨਹੀਂ ਹੈਗੇ ਇਹ ਜ਼ਰੂਰ ਚੀਜ਼ ਖਾਸ ਹੈ ਪਤਾ ਹੈ ਕਿ ਇੱਥੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਖੁਦ ਨੂੰ ਇਕਾਂਤ ਵਾਸਤੇ ਵਿੱਚ ਕੀਤਾ ਗਿਆ ਦੱਸਿਆ ਇਹ ਜਾ ਰਿਹਾ ਹੈ ਕਿ ਉਹ ਕੁਝ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੇ ਸੰਪਰਕ ਦੇ ਵਿੱਚ ਸਨ ਔਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਇਤਿਆਹਾਤੀ ਤੌਰ ਤੇ ਖੁਦ ਨੂੰ ਇਕਾਂਤ ਵਾਸਤੇ ਵਿੱਚ ਰੱਖਿਆ ਸੋ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਦਾ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਾਂ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਇਸ ਵੇਲੇ ਫਰੰਟ ਵਾਰੀਅਰਸ ਕਿਹਾ ਜਾ ਰਿਹਾ ਜਿਹੜੇ ਚਾਹੇ ਉਹ ਸੇਵਾਮੰਦ ਦੇ ਕਰਮਚਾਰੀ ਨੇ ਚਾਹੇ ਕਹ ਲਈਏ ਕਿ ਪ੍ਰਸ਼ਾਸਨਿਕ ਅਧਿਕਾਰੀ ਨੇ ਮੀਡੀਆ ਕਰਮਚਾਰੀ ਨੇ ਜਾਂ ਹੋਰ ਸਫਾਈ ਕਰਮਚਾਰੀ ਨੇ ਜਾਂ ਪੁਲਿਸ ਕਰਮਚਾਰੀ ਨੇ ਜਿਹੜੇ ਸਿੱਧੇ ਤੌਰ ਤੇ ਇਸ ਵੇਲੇ ਬਾਹਰ ਨਿਕਲੇ ਹੋਏ ਨੇ ਲੋਕਾਂ ਦੇ ਲਈ ਗੱਲਾਂ ਲੋਕਾਂ ਦੇ ਲਈ ਜੋ ਇਨਫੋਰਮੇਸ਼ਨ ਕਰ ਰਹੇ ਨੇ ਜਾਂ ਸਾਰੇ ਸਥਿਤੀ ਨੂੰ ਸਹੀ ਕਰਨ ਦੇ ਲਈ ਕੰਮ ਕਰ ਰਹੇ ਨੇ ਸੋ We'll be right back. फ्रंटलाइन वॉरियर्स ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਤਿਹਾਤੀ ਤੌਰ ਤੇ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ ਡਿਫਟੀ ਕਮਿਸ਼ਨ ਲੁਧਿਆਣਾ ਦੇ ਵੱਲੋਂ ਇਕਾਂਤ ਵਾਸਤੇ ਵਿੱਚ ਕੀਤਾ ਗਿਆ ਹੈ ਉਹਨਾਂ ਨੇ ਆਪਣੇ ਆਪ ਨੂੰ ਇਤਿਹਾਤੀ ਤੌਰ ਤੇ ਇਹ ਦੱਸਿਆ ਜਾ ਰਿਹਾ ਹੈ ਔਰ ਲਗਾਤਾਰ ਹਾਲਾਤਾਂ ਦੇ ਉੱਤੇ ਡੇਲੀ ਪੋਸਟ ਪੰਜਾਬੀ ਦੀ ਵੀ ਨਜ਼ਰ ਬਣੀ ਹੋਈ ਹੈ ਔਰ ਇੱਕ ਵਾਰ ਤੁਹਾਨੂੰ ਜੇਕਰ ਅਸੀਂ ਦੇਸ਼ ਦੁਨੀਆ ਦੀ ਗੱਲ ਕਰੀਏ ਤਾਂ ਮੁੰਬਈ ਦੇ ਵਿੱਚ ਜਲਸਾਣਾ ਤੇ ਅੱਜ ਜਿਵੇਂ ਸਵੇਰ ਦੀ ਇਹ ਖਬਰ ਹੈ ਕਿ 21 ਜਵਾਨ ਕਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ ਨੇ ਔਰ ਵੱਡੀ ਗੱਲ ਇਹਦੇ ਵਿੱਚ ਜਿਹੜੀ ਹੈ ਕਿ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲੱਛਣ ਨਹੀਂ ਸੀ ਕਰੋਨਾ ਵਾਇਰਸ ਦਾ ਔਰ ਵਿਚ 14000 ਤੋਂ ਵੱਧ ਹੋਣ ਇਸ ਵੇਲੇ ਕਰੋਨਾ ਪੋਜ਼ਿਟਿਵ ਮਰੀਜ਼ ਨੇ ਆਂਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਹਰੇਕ ਵਾਰ ਜਦੋਂ ਵੀ ਤੁਸੀਂ ਸਕਰੋਲ ਡਾਊਨ ਕਰਦੇ ਹੋ ਅਪਡੇਟ ਨੂੰ ਤਾਂ ਅਪਡੇਟ ਵੱਧਦੀ ਜਾ ਰਹੀ ਹੈ ਇਸ ਤੋਂ ਹੀ ਇਸ ਦੀ ਭਿਆਨਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਔਰ ਵੱਡੀ ਗੱਲ ਇਹ ਵੀ ਹੈ ਕਿ ਲੋਕ ਇਸ ਵੇਲੇ ਆਪਣੇ ਪੱਧਰ ਦੇ ਉੱਤੇ ਲੋਕਾਂ ਦੇ ਵੱਲੋਂ ਕੁਝ ਦਵਾਈਆਂ ਦਾ ਇਸਤੇਮਾਲ ਜੋ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਖਬਰਾਂ ਵੀ ਨਸ਼ਰ ਹੋ ਰਹੀਆਂ ਨੇ ਉਹਦੇ ਵੀ ਕਾਫੀ ਜ਼ਿਆਦਾ ਤੁਹਾਡੀ ਸਿਹਤ ਦੇ ਉੱਤੇ ਬੈਡ ਇਫੈਕਟ ਹੋ ਸਕਦੇ ਨੇ ਸੋ ਇਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਲੱਛਣ ਨਜ਼ਰ ਆਉਂਦਾ ਤਾਂ ਤੁਸੀਂ ਸਿਹਤ ਵਿਭਾਗ ਤੇ ਕਿਸੇ ਕਰਮਚਾਰੀ ਦੇ ਨਾਲ ਜਾਂ ਕਿਸੇ ਵੀ ਜਿਹੜੇ ਟੋਲ ਫ੍ਰੀ ਨੰਬਰ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਸੰਪਰਕ ਕਰਕੇ ਕੋਈ ਵੀ ਤੁਸੀਂ ਅਸਲਾ ਲੈ ਸਕਦੇ ਹੋ ਟੋਲ ਫ੍ਰੀ ਨੰਬਰ ਨੇ ਔਰ ਜੇਕਰ ਗੱਲ ਵਾਪਸ ਅਸੀਂ ਪੰਜਾਬ ਦੀ ਕਰੀਏ ਤਾਂ ਫਰੀਦਕੋਟ ਤੇ ਹੁਸ਼ਿਆਰਪੁਰ ਤੋਂ ਇਹ ਰਾਹਤ ਦੀ ਖਬਰ ਹੈ ਕਿ ਫਰੀਦਕੋਟ ਦਾ ਜਿਹੜਾ ਪਹਿਲਾ ਕਰੋਨਾ ਪੋਜ਼ਿਟਿਵ ਮਰੀਜ਼ ਸੀ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਬਾਕੀ ਜਿਹੜੇ ਦੋ ਮਰੀਜ਼ ਨੇ ਇੱਥੇ ਉਹਨਾਂ ਦੀ ਸਿਹਤ ਦੇ ਵਿੱਚ ਵੀ ਸੁਧਾਰ ਦੱਸਿਆ ਜਾ ਰਿਹਾ ਔਰ ਬਣਿਆ ਜਾ ਰਿਹਾ ਕਿ ਉਹਨਾਂ ਨੂੰ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਠੀਕ ਹੋ ਜਾਣਗੇ ਵੱਡੀ ਗੱਲ ਇਹ ਹੈ ਕਿ ਜਿਹੜਾ ਠੀਕ ਹੋਣ ਦਾ ਪ੍ਰਤੀਸ਼ਤ ਹੈ ਉਹ ਕਾਫੀ ਠੀਕ ਹੈ ਕਾਫੀ ਹੱਦ ਤੱਕ ਮਰੀਜ਼ਾਂ ਨੂੰ ਛੁੱਟੀ ਵੀ ਮਿਲ ਰਹੀ ਹੈ ਪਰ ਇਸ ਦੇ ਨਾਲ ਹੀ ਜਿਹੜੇ ਕੇਸ ਵਧਦੇ ਜਾ ਰਹੇ ਨੇ ਹਾਲੇ ਐਤਿਆਤ ਪੂਰੀ ਤਰ੍ਹਾਂ ਵਰਤਨ ਦੀ ਲੋੜ ਹੈ ਔਰ ਜਿਸ ਤਰ੍ਹਾਂ ਕਿ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਕਰੋਨਾ ਨਿਕਲੋ ਔਰ ਵੱਡੇ ਪੱਧਰ ਤੇ ਲੋਕ ਇਸ ਵੇਲੇ ਇਹ ਚੀਜ਼ ਮੰਨ ਵੀ ਰਹੇ ਨੇ ਪਰ ਕੁਝ ਇਸ ਤਰ੍ਹਾਂ ਦੇ ਲੋਕ ਹੈ ਨੇ ਅਜੇ ਵੀ ਜਿਹੜੇ ਲਾਕਡਾਊਨ ਜਾਂ ਕਰਫਿਊ ਦੀ ਪਾਲਣਾ ਨਹੀਂ ਕਰਦੇ ਔਰ ਇਸ ਤੋਂ ਇਲਾਵਾ ਇੱਕ ਜਿਹੜੀ ਹੋਰ ਚੀਜ਼ ਐ ਸਾਹਮਣੇ ਆਈ ਗਿਆ ਜਿਸ ਤਰ੍ਹਾਂ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੀ ਮੰਡੀ ਜਾਂ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਮੰਡੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਭੀੜ ਸੀ ਔਰ ਅੰਬਾਲਾ ਦੀ ਗੱਲ ਕਰੀਏ ਬਿਲਕੁਲ ਸਾਡੇ ਨਾਲ ਸਾਡੇ ਹਰਿਆਣੇ ਦੇ ਜਿਹੜੇ ਸ਼ੁਰੂਆਤੀ ਜਿਹੜਾ ਸ਼ਹਿਰ ਦੀ ਗੱਲ ਕਰੀ ਤਾਂ ਇੱਥੇ ਵੀ ਮੰਡੀ ਦੇ ਵਿੱਚ ਵੱੱਟੇ ਪੱਧਰ ਤੇ ਭੀੜ ਦੇਖਣ ਨੂੰ ਮਿਲਿਆ ਸੋ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੇ ਸਰਕਾਰ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸਰਕਾਰ ਵੱਲੋਂ ਜਿਹੜਾ ਲਾਕਡਾਊਨ ਕੀਤਾ ਗਿਆ ਜਾਂ ਕਰਫਿਊ ਲਗਾਇਆ ਗਿਆ ਇਸ ਹਾਲਾਤ ਤੇ ਕਾਬੂ ਪਾਉਣ ਦੇ ਲਈ ਉਹਨੂੰ ਵੱਟੀ ਟਾ ਲਗਾਉਂਦਾ ਨਜ਼ਰ ਆਉਂਦਾ ਸੋ ਫਿਲਹਾਲ ਜਿਹ ਕਹਿ ਸਕਦੇ ਆ ਕਿ ਪੂਰੀ ਤਰ੍ਹਾਂ ਕਾਬੂ ਹੇਠ ਨਹੀਂ ਹੈਗੇ ਮਾਮਲੇ ਲਗਾਤਾਰ ਵਧ ਰਹੇ ਨੇ ਔਰ ਇਸ ਦੇ ਨਾਲ ਕੀ ਲੋਕਾਂ ਨੂੰ ਵਾਰ-ਵਾਰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰੋ ਤੇ ਵਾਰ-ਵਾਰ ਇੱਕ ਇਹ ਵੀ ਚੀਜ਼ ਅਸੀਂ ਕਹਿਣਾ ਚਾਹਾਂਗੇ ਕਿ ਜਿਹੜੇ ਤੁਸੀਂ ਆਪਣੇ ਖਾਸ ਜਿਹੜੇ ਤੁਹਾਡੇ ਕੋਲ ਦੁੱਧੀ ਨੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਰੋਜ਼ ਮਰਾਂ ਦੀਆਂ ਚੀਜ਼ਾਂ ਜਿਹੜੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਉਹਨਾਂ ਦੇ ਉੱਤੇ ਵੀ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਇਹ ਚੀਜ਼ ਸੁਨਿਸ਼ਚਿਤ ਕਰਕੇ ਰੱਖੋ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਉਹਨਾਂ ਨਾਲ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਉਹਨਾਂ ਤੋਂ ਤੁਸੀਂ ਇਹ ਪੁੱਛ ਸਕਦੇ ਹੋ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਤਕਲੀਫ ਤਾਂ ਨਹੀਂ ਹੈਗੀ ਕਿਉਂਕਿ ਕੰਟਮੀਨੇਸ਼ਨ ਦਾ ਜ਼ਿਆਦਾ ਖਤਰਾ ਰਹਿੰਦਾ ਕਿਉਂਕਿ ਉਹ ਸੰਪਰਕ ਤੇ ਵਿੱਚ ਆਉਂਦੇ ਨੇ ਦੋਦੀ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਲੈ ਕੇ ਆਉਂਦੇ ਨੇ ਘਰਾਂ ਤੱਕ ਚੀਜ਼ਾਂ ਸੋ ਇਹ ਜਿਹੜੀ ਹਰਿਆਣਾ ਦੇ ਵਿੱਚ ਖਬਰ ਆਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਗਿਣਤੀ ਕਿਹਾ ਜਾ ਰਿਹਾ ਕਿ ਪੱਕੇ ਤੌਰ ਤੇ ਉੱਥੇ ਵੱਧ ਸਕਦੀ ਹੈ ਕਿਉਂਕਿ ਵੱਡੇ ਪੱਧਰ ਤੇ ਇਸ ਦੇ ਵੱਲੋਂ ਜ ਦੁੱਧ ਸੀਗਾ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਸੀਗਾ ਪਲਵਲ ਅਤੇ ਫਰੀਦਾਬਾਦ ਏਰੀਏ ਦੇ ਵਿੱਚ ਵੱਡੇ ਪੱਧਰ ਤੇ ਦੁੱਤੀਏ ਇਹ ਸ਼ਖਸ ਸਪਲਾਈ ਕਰਦਾ ਸੀ ਸੋ ਫਿਲਹਾਲ ਇਹ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਇਹ ਨਿੱਕੀ-ਨਿੱਕੀਆਂ ਚੀਜ਼ਾਂ ਨੇ ਜਿਹੜੇ ਵੱਡੇ ਪੱਧਰ ਤੇ ਸਮੱਸਿਆਵਾਂ ਨੂੰ ਕ੍ਰੀਏਟ ਕਰ ਸਕਦੀਆਂ ਨਾਲ ਜਿਹੜੇ ACP ਅਨਿਲ ਅਕੋਲੀ ਦੀ ਜਿਹੜੀ ਡੈਥ ਹੋਈ ਹੈ ਉਸ ਤੋਂ ਬਾਅਦ ਜਿਹੜੇ ਤਿੰਨ ਲੋਕ ਪੋਜ਼ਿਟਿਵ ਪਾਏ ਗਏ ਸੀ ਉਹਨਾਂ ਦੀ ਪਤਨੀ SHQ ਅਤੇ ਜਿਹੜਾ ਇੱਕ ਉਹਨਾਂ ਦਾ ਡਰਾਈਵਰ ਸੀਗਾ ਸਹਾਇਕ ਸੀਗਾ ਔਰ ਉਹ ਫਰੂਸਪੁਰ ਦਾ ਦੱਸਿਆ ਜਾ ਰਿਹਾ ਕਿ ਫਰੂਸਪੁਰ ਦਾ ਸੀਗਾ ਔਰ ਫਰੂਸਪੁਰ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੁੱਲ ਜਿਹੜਾ ਉਹ 45 ਲੋਕਾਂ ਦੇ ਸਿੱਧੇ ਤੌਰ ਤੇ ਸੰਪਰਕ ਦੇ ਵਿੱਚ ਆਇਆ ਸੋ ਇਹ ਮੰਨਿਆ ਜਾ ਸਕਦਾ ਹੈ ਕਿ ਸਿੱਧੇ ਤੌਰ ਤੇ ਕਈ ਲੋਕ ਇਸ ਸ਼ਖਸ ਦਾ ਔਰ ਕਰੋਨਾ ਪੋਜ਼ਿਟਿਵ ਹੈ ਜਿਸ ਤਰ੍ਹਾਂ ਕਿ ਪਤਾ ਹੈ ਸਾਨੂੰ ਸਾਰਿਆਂ ਨੂੰ ਔਰ ਉਸ ਤੋਂ ਬਾਅਦ ਹੁਣ ਜਿਹੜਾ ਪ੍ਰਸ਼ਾਸਨ ਹੈ ਔਰ ਇੱਕ ਤੋਂ ਬਾਅਦ ਇੱਕ ਲੋਕ ਲੱਭੇ ਜਾ ਰਹੇ ਨੇ ਕਿ ਹੋਰ ਕਿੰਨਾ ਲੋਕਾਂ ਦੇ ਸੰਪਰਕ ਦੇ ਵਿੱਚ ਆਇਆ ਸੀ ਔਰ ਉਹਨਾਂ ਦੇ ਹੁਣ ਕਰੋਨਾ ਦੇ ਟੈਸਟ ਕੀਤੇ ਜਾਣਗੇ ਔਰ ਰਿਪੋਰਟ ਦੀ ਵੇਟ ਕੀਤੀ ਜਾਵੇਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਂਕੜਾ ਵਧ ਸਕਦਾ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੈ ਹੁਣ ਕਰੀਬ ਕਰੀਬ 250 ਦੇ ਕਰੀਬ ਪਹੁੰਚ ਜਾਣੀ ਹੈ 234 ਹੋ ਚੁੱਕੀ ਹੈ ਲਗਾਤਾਰੇ ਮਰੀਜ਼ ਵਧਦੇ ਜਾ ਰਹੇ ਨੇ ਔਰ ਪ੍ਰਸ਼ਾਸਨ ਦੇ ਲਈ ਵੀ ਇਸ ਵੇਲੇ ਇਹ ਵੱਡੀ ਚੁਣੌਤੀ ਬਣੀ ਹੋਈ ਹੈ ਕਿ ਕਿਸ ਤਰ੍ਹਾਂ ਇਸ ਇਸ ਚੀਜ਼ ਦੇ ਉੱਤੇ ਠਲ ਪਾਈ ਜਾ ਸਕੇ ਔਰ ਇਸ ਤੋਂ ਇਲਾਵਾ ਪੀਜੀਆ ਦੇ ਵਿੱਚ ਜਿਹੜੀ ਐਂਟੀਬਾਡੀਜ਼ ਲੈ ਕੇ ਖੂਨ ਦੇ ਵਿੱਚ ਉਸ ਦੇ ਨਾਲ ਇਲਾਜ ਕੀਤਾ ਜਾਣਾ ਉਹਦੇ ਉੱਤੇ ਵੀ ਕੰਮ ਸ਼ੁਰੂ ਹੋ ਚੁੱਕਾ ਹੈ ਔਰ ਲਗਾਤਾਰ ਇਸ ਤਰ੍ਹਾਂ ਜਿਵੇਂ ਪੀਜੀਆ ਦੇ ਵਿੱਚ ਇਸ ਚੀਜ਼ ਨੂੰ ਕਿਹਾ ਗਿਆ ਕਈ ਥਾਵਾਂ ਦੇ ਉੱਤੇ ਇਸ ਦਾ ਕਾਫੀ ਜ਼ਿਆਦਾ ਫਾਇਦਾ ਵੀ ਦੇਖਣ ਨੂੰ ਮਿਲਿਆ ਸੀ ਔਰ ਕੇਰਲ ਦੇ ਵਿੱਚ ਕਈ ਜਿਹੜੇ ਮਰੀਜ਼ ਨੇ ਠੀਕ ਵੀ ਹੋਏ ਨੇ ਔਰ ਵੱਡੀ ਗੱਲ ਇਹ ਹੈ ਕਿ ਏਸੀਪ ਜਿਹੜੇ ਅਨਿਲ ਲੀ ਨੇ ਜਿਨ੍ਹਾਂ ਦੀ ਜਿਹਨਾਂ ਦੀ ਮੌਤ ਹੋ ਗਈ ਹੈ ਉਹਨਾਂ ਦਾ ਵੀ ਇਲਾਜ ਇਸੇ ਥੈਰੇਪੀ ਦੇ ਰਾਹੀਂ ਕੀਤਾ ਜਾਣਾ ਸੀ ਅੱਜ ਤੋਂ ਇਹ ਇਲਾਜ ਸ਼ੁਰੂ ਹੋਣਾ ਸੀ ਪਰ ਸ਼ਾਇਦ ਪ੍ਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਉਹਨਾਂ ਦੀ ਅੱਜ ਡੈਥ ਹੋ ਗਈ ਹੈ ਔਰ ਇਸੇ ਥਿਊਰੀ ਤੇ ਉਹਨਾਂ ਦਾ ਇਲਾਜ ਕੀਤਾ ਜਾਣਾ ਸੀ ਸੋ ਇਹ ਕਾਫੀ ਜ਼ਿਆਦਾ ਘਾਤਕ ਬਿਮਾਰੀ ਹੈ ਸੋ ਬਾਰ-ਬਾਰ ਲੋਕਾਂ ਨੂੰ ਇਹੀ ਅਸੀਂ ਵੀ ਆਪਣੇ ਅਧਾਰੇ ਦੇ ਵੱਲੋਂ ਇਹੀ ਅਪੀਲ ਕਰ ਰਹੇ ਹਾਂ ਕਿ ਤੁਸੀਂ ਜਿੰਨਾ ਹੋ ਸਕੇ ਲੋਕਾਂ ਦੇ ਸੰਪਰਕ ਦੇ ਵਿੱਚ ਘਟੋ ਘਟਾਓ ਜੇਕਰ ਕਿਤੇ ਵੀ ਕੋਈ ਵੀ ਤੁਹਾਨੂੰ ਲੱਛਣ ਇਸ ਤਰ੍ਹਾਂ ਦਾ ਲੱਗਦਾ ਤਾਂ ਤੁਰੰਤ ਜਿਹੜਾ ਟੋਲ ਫ੍ਰੀ ਨੰਬਰ ਨੇ ਜਾਂ ਸਿਹਤ ਵਿਭਾਗ ਦੇ ਨਾਲ ਸੰਪਰਕ ਕਰੋ ਤਾਂ ਹੀ ਅਸੀਂ ਆਪਣੇ ਸਮਾਜ ਨੂੰ ਔਰ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖ ਸਕਦੇ ਹੋ ਸੋ ਇਸ ਦੇ ਨਾਲ ਹੀ ਇੱਕ ਹੋਰ ਛੋਟੀ ਜੀ ਅਪਡੇਟ ਤੁਹਾਨੂੰ ਦੇ ਦਈਏ ਕਿ ਜੋ ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੀਤੇ ਸਮੇਂ ਦੇ ਵਿੱਚ ਜੋ ਤਾਲੀ ਵਜਾਓ ਤੇ ਥਾਲੀ ਵਜਾਓ ਤੇ ਨਾਲ ਨਾਲ ਜੋ ਉਹਨਾਂ ਦੇ ਵੱਲ ਇੱਕ ਹੋਰ ਦਿੱਤਾ ਗਿਆ ਸੀ ਕਿ ਤੁਸੀਂ ਮੋਮਬਤੀ ਜਗਾ ਕੇ ਜਿਹੜੇ ਐਸੈਂਸ਼ੀਅਲ ਸੇਵਾਵਾਂ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਨੇ ਫਰੰਟ ਲਾਈਨ ਵਾਰੀਅਰਸ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਕਰੋ ਤੇ ਹੁਣ ਸੂਬਾ ਕਾਂਗਰਸ ਦੇ ਪ੍ਰਧਾਨ ਉਹਨਾਂ ਦੇ ਵੱਲੋਂ ਵੀ ਇਹ ਅਪੀਲ ਕੀਤੀ ਗਈ ਹੈ ਸੁਨੀਲ ਜਾਖੜ ਦੇ ਵੱਲੋਂ ਕਿ 20 ਅਪ੍ਰੈਲ ਨੂੰ ਜੈਕਾਰਾ ਜੈਕੋਸ਼ ਦਿਵਸ ਜਿਹੜਾ ਮਨਾਇਆ ਜਾਵੇ ਉਹਨਾਂ ਨੇ ਕਿਹਾ ਕਿ ਚਾਹੇ ਤੁਸੀਂ ਪੁਲਿਸ ਹੋ ਨੇ ਹਾਲ ਸਤਰੀ ਕਾਲ ਦਾ ਤੁਸੀਂ ਜੈਕਾਰਾ ਲਗਾ ਸਕਦੇ ਹੋ ਜਾਂ ਤੁਹਾਡੇ ਦੇ ਵੱਲੋਂ ਹੋਰ ਜਕਾਰਾ ਜਿਵੇਂ ਹਰ ਮਹਾਦੇਵ ਜੈ ਕੋਸ਼ਤਾ ਜਕਾਰਾ ਲਗਾਇਆ ਜਾ ਸਕਦਾ ਇਸ ਤਰ੍ਹਾਂ ਤੁਸੀਂ ਮਨੋਬਲ ਵਧਾਓ ਸੋ ਆਪੋ ਆਪਣੇ ਪੱਦਰ ਦੇ ਉੱਤੇ ਸਰਕਾਰਾਂ ਹਿੱਲੇ ਕਰ ਰਹੀਆਂ ਨੇ ਲੋਕਾਂ ਦਾ ਮਨੋਬਲ ਵਿਧਾਨ ਦੇ ਲਈ ਲੋਕਾਂ ਨੂੰ ਬੂਸਟ ਅਪ ਕਰਨ ਦੇ ਲਈ ਸੋ ਵੱਡੀ ਗੱਲ ਇਹੀ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਜਿਹੜਾ ਇੱਕ ਸਮਾਂ ਹੈ ਜੋ ਇੱਕ ਜੋ ਇੱਕ ਮਹਾਮਾਰੀ ਦਾ ਸਮਾਂ ਜੋ ਇੱਕ ਪਰਲੋ ਪੂਰੀ ਦੁਨੀਆ ਤੇ ਆਈ ਹੋਈ ਹੈ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਤੇ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਜੇਕਰ ਅਸੀਂ ਆਪਣੀ ਸੰਭਾਲ ਕਰਾਂਗੇ ਆਪਣੇ ਪਰਿਵਾਰਾਂ ਦੀ ਸੰਭਾਲ ਕਰਾਂਗੇ ਆਪਣੇ ਤੇ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਅਦਾ ਕਰਾਂਗੇ ਤਾਂ ਹੀ ਸਮਾਜ ਨੂੰ ਅਸੀਂ ਇਸ ਮਹਾਮਾਰੀ ਤੋਂ ਬਚਾ ਸਕਦੇ ਹਾਂ ਤੇ ਸਰਕਾਰ ਦੇ ਯਤਨਾਂ ਦੇ ਨਾਲ ਸਹਿਯੋਗ ਕਰ ਸਕਦੇ ਹਾਂ ਡੇਲੀ ਪੋਸਟ ਪੰਜਾਬੀ ਦੇ ਲਈ ਲੁਧਿਆਣਾ ਤੋਂ ਗਗਨਪੇੜਾ